ਆਕਾਸ਼ਵਾਣੀ ਜੰਮੂ ਮੈਂ ਡੋਗਰੀ ਖਬਰਾਂ ਜਤੋਂ ਦਾ ਸਵਾਗਤ ਹੈ ਪਹਿਲਾ ਖਾਸ ਖਾਸ ਖਬਰਾਂ ਕਨਾਂ ਮੈਂ ਨਰੇਸ਼ ਸ਼ਰਮਾ ਸਕੂਲੀ ਸਿੱਖਿਆ ਜੰਮੂ ਦੇ ਨਿਦੇਸ਼ਾਲੇ ਦੇ ਹਰ ਗਰ ਤਰੰਗਾ ਅਭਿਆਨ ਤਹਿਤ 1 ਲੱਖ ਵਿਦਿਆਰਥੀਆਂ ਤੇ ਅਭਿਭਾਵਕਾਂ ਕੀ ਜਾਗਰੂਕ ਬਣਾਇਆ ਗਿਆ ਹੈ ਜੰਮੂ ਕਸ਼ਮੀਰ ਸਰਕਾਰ ਨੇ ਨਾਗਰਿਕਾਂ ਆਸਤੇ ਗੋਲਡਨ ਕਾਰਡਾਂ ਤਾਈਂ ਪੰਜੀਕਰਨ ਤੇ ਉਹਨਾਂ ਕੀ ਡਾਊਨਲੋਡ ਕਰਨ ਆਸਤੇ ਆਨਲਾਈਨ ਸੁਵਿਧਾ ਆਰੰਭ ਕੀਤੀ ਹੈ ਸੁਰੱਖਿਆ ਬਲਾਂ ਨੇ 쿠ਪੌੜਾ ਜ਼ਿਲ੍ਹੇ ਤੋਂ ਲਸ਼ਕਰ-ਏ-ਤੌਰੀਬਾ ਦੇ ਦੋਂ ਹਾਈਬ੍ਰਿਡ ਆਤੰਗਬਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਦੇ ਕਬਜ਼ੇ ਤੋਂ ਹਥਿਆਰ ਅਸਲਾ ਬਰਾਮਦ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਰਾਸ਼ਟਰੀ ਸੁਰੱਖਿਆ ਬਾਰੇ ਅੱਜ ਇੱਕ ਰਾਸ਼ਟਰੀ ਕਾਨਫਰੰਸ ਕੀ ਸੰਬੋਧਿਤ ਕਰਿਆ। ਖਬਰਾਂ ਦੀ ਤਫਸੀਲ ਕਰਨਾ ਵਿਕਾਸ ਸ਼ਰਮਾ। ਜੰਮੂ ਦੇ ਸਕੂਲੀ ਸਿੱਖਿਆ ਵਿਭਾਗ ਦੇ ਨਿਰਦੇਸ਼ਾਲੇ ਨੇ ਜੰਮੂ ਖਿੱਤੇ ਦੇ ਸਭੇ ਸਰਕਾਰੀ ਸਕੂਲਾਂ 'ਚ ਆਜ਼ਾਦੀ ਦਾ ਅੰਮ੍ਰਿਤ ਮહોత్సਵ ਦੇ ਇਸੇ ਦੇ ਤੌਰ 'ਤੇ ਹਰ ਘਰ ਤਿਰੰਗਾ ਵਿਸ਼ੇ ਉੱਪਰ ਅਭਿਵਾਕਾਂ ਤੇ ਵਿਦਿਆਰਥੀਆਂ 'ਦੀ 13 ਅਗਸਤ ਤੋਂ 15 ਅਗਸਤ ਤੱਕ ਸੁਤੰਤਰਤਾ ਦਿਵਸ ਮਨਾਉਣ ਦੇ ਦੌਰਾਨ ਆਪਣੇ ਘਰ 'ਚ ਰਾਸ਼ਟਰੀ ਝੰਡਾ ਲਹਿਰਾਉਣ ਲਈ ਪ੍ਰੇਰਿਤ ਕਰਨ ਲਈ ਇੱਕ ਮੇਗਾ ਪ੍ਰਿੰਟ ਟੀਚਰ ਮੀਟ ਪੀਟੀਐਮ ਦਾ ਆਯੋਜਨ ਕੀਤਾ ਹੈ ਜੰਮੂ ਆਕਾਸ਼ਵਾਨੀ ਸੰਵਾਦਾਤਾ ਦੀ ਰਿਪੋਰਟ ਮੁਜਬ 1 ਲੱਖ ਥਾਵਾਂ ਮਤੇ ਵਿਦਿਆਰਥੀਆਂ ਤੇ ਅਭਿਵਾਂਵਾਂ ਕੇ ਕੀ ਮੇਗਾ ਪੀਟੀਐਮ ਇਚ ਇਸ ਸਰਬੰਦਾ ਚ ਜਾਣਕਾਰ ਬਨਾਇਆ ਗਿਆ ਹੈ ਜੰਮੂ ਸਕੂਲੀ ਸਿੱਖਿਆ ਦੇ ਨਿਰਦੇਸ਼ਕ ਡਾਕਟਰ ਰਵੀ ਸ਼ਰਮਾ ਹੋਰੇ ਡੀਐਸਆਈ ਜੇ ਦੇ ادارے ਦੇ ਪ੍ਰਮੁਖ ਤੇ ਕਾਉਂਸਲਿੰਗ ਸੀਗੇ ਦੀ ਸਮੂਲਚੇ ਖਿੱਤੇ ਚ ਇਸੀ ਰਮਾਨਦਾਰੀ ਕਰਨੇ ਕਰਵਾਉਣੇ ਤੇ ਇਹਦੇ ਕਰਨੇ ਜੁੜੇ ਦੇ ਲੋਕਾਂ ਕੀ ਪ੍ਰੇਰਿਤ ਕਰਨੇ ਤੇ ਜਾਣਕਾਰ ਬਣਾਉਣੇ ਲਈ ਬੜਾਈ ਕੀਤੀ 100 ਫੀਸਦ ਲੋਕਾਂ 기 골ਡਨ ਕਾਰਡ ਜਾਰੀ ਕਰਨ ਦੇ ਲਕਸ਼ਅ ਕਰਨੇ ਸਰਕਾਰ ਨੇ ਜੰਮੂ ਕਸ਼ਮੀਰ ਦੇ ਨਾਗਰਿਕਾਂ ਆਸਤੇ ਆਨਲਾਈਨ ਸੂਬਾ ਸ਼ੁਰੂ ਕੀਤੀ ਹੈ ਜਿਹਦੇ ਤਹਿਤ ਉਹ ਆਸ਼ਵਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗ્ય ਯੋਜਨਾ ਸਕੀਮ ਆਸਤੇ ਪੰਜੀਕਰਨ ਕਰਾਈ ਸਕਦੇ ਨੇ ਤੇ ਘਰ ਬੈਠੇ ਦੇਗੇ 골ਡਨ ਕਾਰਡ ਡਾਊਨਲੋਡ ਕਰੀ ਸਕਦੇ ਨੇ ਲੋਕਾਂ ਦੀ ਵੈਬਸਾਈਟ setupmjpay.gov ਉੱਪਰ ਜਾਈਏ ਆਪਣਾ ਪंजीकरण ਕਰਨਾ ਓਗ ਤੇ ਰਾਸ਼ਨ ਕਾਰਡ ਦੇ ਆਧਾਰ ਕਾਰਡ ਦੀ ਤਫਸੀਲ ਦਸਨੀ ਓਗ ਇਹਦੇ ਮਗਰੋਂ ਉਹਨੇ ਕੀ 골ਡਨ ਕਾਰਡ ਜਾਰੀ ਕਰੀ ਦਿੱਤਾ ਜਾਗ ਚੇਤਾ ਓਗ ਜੇ ਰਾਜ ਸਿਹਤ ਏਜੰਸੀ ਨੇ ਸਕੀਮ ਤਹਿਤ ਅਗਸਤ ਦੇ ਅਖੀਰੇ ਤੱਕ 100% ਲੋਕਾਂ ਦੀ ਆਣਨੇ ਆਸਤੇ ਹਾਲ ਚਗੇ ਘਰ ਘਰ ਜਾਈਏ ਪंजीकरण ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੀ गांव-गांव आयुष्मान स्कीम ਤਹਿਤ ਸਟੇਟ ਹੈਲਥ ਏਜੰਸੀ ਨੇ ਦੂਰ ਦਰਾਜ ਦੇ ਗਰਾਂ ਪਿੰਡਾਂ ਤੋੜੀ ਪੁਜਨੇ ਦੀ ਵੀ ਮੁਹਿੰਮ ਰੰਭ ਕੀਤੀ ਦੀ ਹੈ ਜੰਮੂ ਦੀਆਂ ਡਿਪਟੀ ਕਮਿਸ਼ਨਰ ਅਵਨੀ ਲਵਾਸਾ ਔਰੇ ਆਰਐਸ ਪੂਰਾ ਦੇ ਸਬ ਡਿਵੀਜ਼ਨ ਦਾ ਇੱਕ ਵਿਆਪਕ ਦੌਰਾ ਕੀਤਾ ਤੇ ਐਸਡੀਐਮ ਦਫਤਰੇ ਚ ਲੋਕੇ ਦੀਆਂ ਸ਼ਿਕਾਇਤਾਂ ਕੀ ਦੂਰ ਕਰਨ ਲਈ ਲੁਆਏ ਗਏ ਦੇ ਇੱਕ ਕੈਂਪ ਵਿੱਚ ਉਹਨੇ ਦਿੱਕਤਾਂ ਪਰੇਸ਼ਾਨੀਆਂ ਕੀ ਸੁਨਿਆ ਜਨ ਪ੍ਰਤੀਨਿਧੀਆਂ ਆਪਣੇ ਆਪਣੇ ਇਲਾਕੇ ਦੀਆਂ ਦਿੱਕਤਾਂ ਪਰੇਸ਼ਾਨੀਆਂ ਬਾਰੇ ਦੱਸਿਆ ਜਿਦੇ ਚ ਫਸਲਗੀ ਪੂਜੇ ਦੇ ਨੁਕਸਾਨ ਦਾ ਮੁਆਵਜ਼ਾ ਕਲਵਰਟਾਂ ਦਾ ਨਿਰਮਾਣ ਸਵਾਸਥੀ ਸਿੱਖਿਆ ਬਿਜਲੀ ਸੜਕ ਸਿਸਤੇ ਦਾ ਸਤਰ ਬਿਹਤਰ ਕਰਨਾ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲਾਭਾਰਥੀਆਂ ਦੀ ਬਕਾਇਆ ਅਦਾਇਗੀ ਕਰਨਾ ਸ਼ਾਮਲ ਹੈ। ਉਹਨੇ ਅੱਗੇ ਬੈਕ ਟੂ ਵਿਲੇਜ ਪ੍ਰੋਗਰਾਮ ਤਹਿਤ ਬਕਾਇਆ ਕੰਮੇਗੀ ਤੇਜ਼ੀਆ ਕਰਨੇ ਮੁਕੰਮਲ ਕਰਨੇ ਦੀ ਵੀ ਮੰਗ ਕੀਤੀ। ਡਿਪਟੀ ਕਮਿਸ਼ਨਰ ਹੋਰੇ ਵਕਫਾ ਖੇਤਰੇ ਚ ਤੋੜ ਛਾੜੇ ਜਾ ਕਰਦੇ ਵਿਕਾਸ ਕੰਮੇ ਦੀ ਪ੍ਰਕਿਰਤੀ ਦਾ ਜਾਇਜ਼ਾ ਲੈਣ ਦੇ ਇਲਾਵਾ ਲੋਕਾਂ ਦੇ ਕਈ ਮਸਲੇ ਦਾ ਮੌਕੇ ਉੱਪਰਗੇ ਨਵੇੜਾ ਕੀਤਾ ਜਿਦੇ ਚ ਰਾਜਸ ਮਾਮਲੇ ਵੀ ਸ਼ਾਮਲ ਨੇ ਡਿਪਟੀ ਕਮਿਸ਼ਨਰ ਹੋਰੇ ਲੋਕਾਂ ਦੇ ਮਸਲੇ ਦੀ ਧਿਆਨਨੇ ਕਰਨੇ ਸੁਨੇਹਾ ਤੇ ਉਹਨੇ ਕੀ ਭਰੋਸਾ ਦਵਾਇਆ ਜੇ ਸਭੇ ਜਾਇਜ਼ ਮੰਗੇ ਦਾ ਟੰਗੇ ਸਿਰ ਨਵੇੜਾ ਕੀਤਾ ਜਾਗ 597 ਸ਼ਰਧਾਲੂਆਂ ਦਾ ਜਥਾ ਅੱਜ ਵੱਲੇ ਭਗਵਤੀ ਨਗਰ ਜੰਮੂ ਦੇ ਆਧਾਰ शिविर ਥਾਂਾਂ ਸੁਰੱਖਿਆ ਦੇ ਨਿਗਰ ਪ੍ਰਬੰਧੇ ਵਿੱਚ ਤ੍ਰੀ ਗੱਡੀਆਂ ਦੇ ਕਾਫਲੇ 'ਚ ਨਨਵਾਨ ਤੇ ਬਾਲਟਲ ਤਾਈ ਰਵਾਨਾ ਹੋਆ ਇਨੇ ਸ਼ਰਧਾਲੂਆਂ 'ਚ 467 ਮਰਦ ਕਾਸੀ ਮਹਿਲਾ ਦੋ ਬੱਚੇ ਤੇ 47 ਸਾਧੂ ਸ਼ਾਮਲ ਹੈ ਅੱਜ ਵਾਲੇ ਜਥੇ ਦੀ ਮਲਾਈਏ ਭਗਵਤੀ ਨਗਰ ਜੰਮੂ ਦੇ ਆਧਾਰ ਕੈਂਪ ਥਾਂਾਂ ਰਵਾਨਾ ਉਹਨੇ ਆਲੇ ਸ਼ਰਧਾਲੂਆਂ ਦੀ ਕੁੱਲ ਗਿਣਤਰੀ 1,53,904 ਹੋਈ ਗਈ ਹੈ ਔਰ ਜਾਣਕਾਰੀ ਦਿਆ ਕਰਦੇ ਨੇ ਸਾਡੇ ਸੰਵਾਦਾਤਾ बालतल से पवित्र गुफा जाने वाले रास्ते पर दो दिनों तक तो यात्रा मोतर रहने के बाद आज दोबारा शुरू की गई। बालतल से 1500 सौ श्रद्धालु ने पवित्र गुफा की तरफ प्रवेश किया जबकि पहलगाम से कल दोपहर को ही मौसम में सुधार आने के बाद श्रद्धालुओं को पवित्र गुफा जाने की अनुमति दी गई और ये सिलसिला आज भी जारी है राजमार्ग आरोप यातायात जारी है और आज जम्मू ऐसी पाँच सौ यात्रियों का जत्था गाठी की तरफ आ रहा है मौसम विभाग का कहना है की आज बालतल और पहलगाम के रास्तों आरोप मौसम अब और आलूद रहेगा जबकि राजमार्ग पर दोपहर के बाद हल्की वर्षा हो सकती है आकाशवाणी जम्मू के लिए खुर्शीद पडरू ਤੁਹਾਈ ਸ਼੍ਰੀ ਬੁੱਢਾ ਅਮਰਨਾਥ ਯਾਤਰਾ ਆਸਤੇ ਬੜਲੇ 900 ਬੁੰਜੇ ਯਾਤਰੀਆਂ ਦਾ ਨਵਾਂ ਜਥਾ ਅੱਜ ਬੜਲੇ ਭਗਵਤੀ ਨਗਰ ਥਾਵਾਂ ਬਾਈਆਂ ਗੱਡੀਆਂ ਚ ਪੁੰਛ ਲਈ ਰਵਾਨਾ ਹੋਆ ਇੰਦੇ ਚ 763 ਮਰਦ 185 ਮਹਿਲਾ ਤੇ 4 ਬੱਚੇ ਸ਼ਾਮਲ ਹੈ ਉਦੋਂਪੁਰ ਦੀਆਂ ਡਿਪਟੀ ਕਮਿਸ਼ਨਰ ਕ੍ਰਿਤਿਕਾ ਜੋ ਸੁਨਾਹ ਔਰ ਇਹ ਕੱਲ ਜ਼ਿਲ੍ਹਾ ਰੋਜ਼ਗਾਰ ਤੇ ਸਲਾਹਕਾਰ ਕੇਂਦਰੀ ਚਲਵਾਏਗੇ ਦੇ ਇੱਕ ਸਮਾਰੋਹ ਦੌਰਾਨ ਬਤਿਏ ਲਾਬਾਰਥੀ ਯੋਗਮਕਨ ਸਕੀਮ ਤਹਿਤ ਲੋਕੀ ਕਾਰੋਬਾਰੀ ਗੱਡੀਆਂ ਦੀਆਂ ਚਾਬੀਆਂ ਭੇਟ ਕੀਤੀਆਂ ਉਦੋਂਪੁਰ ਦੀਆਂ ਅਸਿਸਟੈਂਟ ਡਾਇਰੈਕਟਰ ਇੰਪਲੋਇਮੈਂਟ ਪ੍ਰਿਯੰਕਾ ਗੁਪਤਾ ਔਰ ਇਸ ਸਮਾਰੋਹ ਚ ਮੌਜੂਦ ਹੀਆਂ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਡਾਇਰੈਕਟਰ ਔਰ ਨੇ ਦੱਸਿਆ ਜੇ ਲਾਬਾਰਥੀ ਯੋਗਮਕਨ ਸਕੀਮ ਤਹਿਤ ਮਨਜੂਰ ਸ਼ੂਦਾ ਕੋਈ ਵੀ ਗੱਡੀ ਲਈ ਸਕਦੇ ਨਾ ਉਹਨੇ ਦੱਸਿਆ ਜੇ ਲਾਭਾਰਥੀ ਗਈ ਗੱਡੀ ਉੱਪਰ 80000 ਰੁਪਏ ਜਾਂ ਫੀ ਉਹਦੀ ਕੀਮਤ ਦਾ 10% ਬਤੌਰ ਸਬਸਿਡੀ ਦੇਗ ਉਹਨੇ ਦੱਸਿਆ ਜੇ ਗੱਡੀਆਂ ਦੇ ਨਿਰਮਾਤਾ ਵੀ ਇੰਦੀ ਵਿਸ਼ੇਸ਼ ਤੇ ਘੱਟ ਕੀਮਤ ਵਸੂਲ ਕਰਨਗੇ ਨਾ ਤੇ ਬੈਂਕਾਂ ਆਸਿਆ ਇੰਦੇ ਉੱਪਰ 100% ਦਵਾ ਦਿੱਤਾ ਜਾਗ ਹੁਣ ਬਾਕੀ ਦੀਆਂ ਖਬਰਾਂ ਕਰਨੇ ਨਰੇਸ਼ ਸ਼ਰਮਾ ਉਤਰੀ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਲਸ਼ਕ੍ਰੇ ਤਾਇਵਾ ਦੇ ਦੋਂ ਹਾਈਬ੍ਰਿਡ ਆਤੰਗਵਾਦੀਆਂ ਦੇ ਗ੍ਰਿਫਤਾਰ ਕੀਤਾ ਹੈ ਤੇ ਉਹਦੇ ਕਬਜ਼ੇ ਥਮਾ ਹਥਿਆਰ ਤੇ ਅਸਲਾ ਬਰਾਮਦ ਕੀਤਾ ਹੈ ਸੂਤਰੇ ਮੁਜਬ ਇਹਨੇ ਦੋ ਆਤੰਕਵਾਦੀਆਂ ਦੀ ਪਛਾਣ ਕੋਪੜਾ ਦੇ ਲਾਦਰਬਾਨ ਦੇ ਤਾਲਿਬ ਅਹਿਮਦ ਸ਼ੇਖ ਤੇ ਕਵਾੜੀ ਲਾਦਰਬਾਨ ਦੇ ਸ਼ਮੀਮ ਅਹਿਮਦ ਦੇ ਤੌਰ ਪਰ ਕੀਤੀ ਗਈ ਹੈ ਜਿਨੇ ਕੀ ਪੁਲਿਸ ਤੇ ਸੈਨਾ ਸਿਆ ਗ੍ਰਿਫਤਾਰ ਕੀਤਾ ਗਿਆ ਸੂਤਰੇ ਦੱਸਿਆ ਜੇ ਆਤੰਕਵਾਦੀ ਲਸ਼ਕਰੇ ਤੋਇਬਾ ਸੰਗਠਨ ਕੰਨਾ ਸਰਬੰਧ ਰੱਖਦੇ ਹਨ ਇੰਦੇ ਕਬਜ਼ੇ ਥਮਾ 4 ਪਿਸਤੌਲਾ 8 ਮੈਗਜ਼ੀਨਾਂ 103 ਰੌਂਦ ਤੇ 10 ਐਂਡ ਗ੍ਰਨੇਡ ਵੀ ਬਰਾਮਦ ਕੀਤੇ ਗਏ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰ ਚੰਡੀਗੜ੍ਹ 'ਚ ਅੱਜ ਨਸ਼ੇਲੇ ਪਦਾਰਥਾਂ ਦੀ ਤਸਕਰੀ ਤੇ ਰਾਸ਼ਟਰੀ ਸੁਰੱਖਿਆ ਪਰ ਰਾਸ਼ਟਰੀ ਕਾਨਫਰੰਸ 'ਕੀ ਸੰਬੋਧਿਤ ਕਰੀਆਂ ਹਰਿਆਣਾ ਹਿਮਾਚਲ ਪ੍ਰਦੇਸ਼ ਪੰਜਾਬ ਦੇ ਮੁੱਖ ਮੰਤਰੀ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸੀਮਾ ਸੁਰੱਖਿਆ ਬਲ ਦੇ ਅਫਸਰਾਂ ਰਾਸ਼ਟਰੀ ਜਾਂਚ ਏਜੰਸੀ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਕਨੌਕਨੀ ਸਰਬੰਧੀਤ ਰਾਜੰਦੇ ਨਕਸਲ ਵਿਰੋਧੀ ਕਾਰਜ ਬਲ ਦੇ ਪ੍ਰਮੁਖੇ ਤੇ ਨਾਰਕੋ ਕੋਆਰਡੀਨੇਸ਼ਨ ਸੈਂਟਰ ਦੇ ਮੈਂਬਰ ਵੀ ਇਸ ਕਾਨਫਰੰਸ ਚ ਮੌਜੂਦ ਰਹੂਗਾ ਇਹ ਪਹਿਲੀ ਨਈ ਰਾਸ਼ਟਰੀ ਕਾਨਫਰੰਸ ਹੈ ਜਿੱਥੇ ਕੇਂਦਰੀ ਗ੍ਰਹਿ ਮੰਤਰੀ ਵੱਖ-ਵੱਖ ਰਾਜੰਦੇ ਮੁੱਖ ਮੰਤਰੀ ਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਸਰਬੰਧੀਤ ਏਜੰਸੀਆਂ ਸਭੇ ਇੱਕ ਮੰਚ ਉੱਪਰ ਇਕੱਠੇ ਹੋਣਗੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਹੋਰੇ ਕੱਲ ਤਾਸ਼ਕੰਦ ਉਜ਼ਬੇਕਿਸਤਾਨ ਚ ਐਸਸੀਓ ਵਿਦੇਸ਼ ਮੰਤਰੀਆਂ ਦੇ ਸੰਮੇਲਨ ਚ ਹਿੱਸਾ ਲਗਾਤਾ ਉਹਨੇ ਆਖਿਆ ਜੇ ਕੋਵਿਡ ਮਹਾਮਾਰੀ ਤੇ ਯੂਕਰੇਨ ਯੁੱਧ ਕਰੀਏ ਦੁਨੀਆ ਕੀ ਊਰਜਾ ਤੇ ਖੁਰਾਕ ਦਾ ਸੰਕਟ ਬਣਦਾ ਹੈ ਡਾਕਟਰ ਜੈ ਸ਼ੰਕਰ ਹੋਰੇ ਆਖਿਆ ਜੇ ਇਹਦਾ ਲਾਜ਼ਮੀ ਤੌਰ ਪਰ ਸਮਾਧਾਨ ਕਰਨਾ ਲੋੜ ਚਦਾ ਤੇ ਇਹਦੇ ਆਸਤੇ ਬਰਾਬਰ ਤੇ ਬਖ ਬਖ ਚਾਲੀ ਦੀ ਸਪਲਾਈ ਕਰਨੇ ਤੇ ਬਹੁਪੱਖੀ ਸੁਧਾਰ ਦੀ ਜ਼ਰੂਰਤ ਹੈ ਉਨੇ ਆਖਿਆ ਕਿ ਉਸਾਬੀ 40 ਦੇ ਆਤੰਕ ਬਾਦ ਕੀ ਪਾਲਿਆ ਸੈਨ ਨਹੀਂ ਕਰਨਾ ਅਤ ਲਾਜ਼ਮੀ ਹੈ ਡਾਕਟਰ ਜੈ ਸ਼ੰਕਰ ਹੋਰੇ ਅਫਗਾਨਿਸਤਾਨ ਬਾਰੇ ਭਾਰਤ ਦੇ ਰੁਖ ਕੀ ਦੁਹਰਾਇਆ ਤੇ ਭਾਰਤਾਰਸਿਆ ਉਸੇ ਕਾਨਕ ਦਵਾਈਆਂ ਟੀਕੇ ਕਪੜੇ ਸਮੇਤ ਦਿੱਤੀ ਗਈ ਮਾਨਵੀ ਮਦਦ ਦਾ ਜ਼ਿਕਰ ਕੀਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਓ ਨੇ ਆਖਿਆ ਜੇ ਰਾਸ਼ਟਰੀ ਸਿੱਖਿਆ ਨੀਤੀ 2020 ਆਤਮ ਨਿਰਭਰ ਸਸ਼ਕਤ ਤੇ ਸੁਰੱਖਿਅਤ ਭਾਰਤ ਦੀ ਨੀਂਹ ਰੱਖਦੀ ਹੈ ਉਹਨੇ ਆਖਿਆ ਜੇ ਚੌਥੀਂ ਬਰੇ ਮਗਰਾ ਆਣੀ ਗਈ ਦੀ ਇਹ ਨੀਤੀ ਮੁਲਕੀਆ ਦੀ ਸਿੱਖਿਆ ਪ੍ਰਣਾਲੀ ਚ ਸੁਧਾਰਾਂ ਲਈ ਤਬਦੀਲੀ ਆਨਗ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਸ਼ੁਰੂਆਤ ਦੇ ਦੋ ਬਰੇ ਪੂਰੇ ਹੋਣ ਦੇ ਸਰਵੰਦਾ ਚਲਾਏ ਗਏ ਦੇ ਇੱਕ ਸਮਾਰੋਹ ਕੀ ਸੰਬੋਧਿਤ ਕਰਦੇ ਹੋਏ ਸ਼੍ਰੀ ਸ਼ਾਹ ਹੋਰਾਂ ਆਖਿਆ ਜੇ ਇਹ ਵਿਦਿਆਰਥੀ ਅਧਿਆਪਕਾਂ ਤੇ ਮਾਤਾ ਪਿਤਾ ਦੀਆਂ ਤਾਂਗਾਂ ਦੀ ਦਰਸ਼ਾਉਂਦੀ ਹੈ ਉਹਨੇ ਆਖਿਆ ਜੇ ਇਹਦੇ ਕਨਾਂ ਗਿਆਨ ਤੇ ਸੰਸਕ੍ਰਿਤੀ ਚ ਬੜੌਤਰੀ ਹੁੰਦੀ ਹੈ ਤੇ ਇਸੇ ਸਮਾਜ ਦੀਆਂ ਉਮੀਦਾਂ ਮੁਜਬ ਤਿਆਰ ਕੀਤਾ ਗਿਆ ਹੈ ਗ੍ਰਹਿ ਮੰਤਰੀ ਹੋਰਾਂ ਆਖਿਆ ਜੇ ਕੇਂਦਰ ਤੇ ਰਾਜਾਂ ਦੀ ਇਹਦੀ ਸਫਲ ਅਮਲਾਵਰੀ ਆਸਤੇ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨਾ ਲੋੜ ਚਦਾ ਇਸ ਮੌਕੇ ਨੇ ਸਿੱਖਿਆ ਨੀਤੀ ਕਨਾਂ ਜੋੜੀ ਦੀਆਂ ਕਿਸ਼ਪੈਲ ਕਦਮੀਆਂ ਦਾ ਉਦਘਾਟਨ ਵੀ ਕੀਤਾ ਭਾਰਤ ਦੀ ਆਜ਼ਾਦੀ ਦੇ 75 ਪਰੇ ਮਨਾਉਣ ਦੇ ਸਰਬੰਧਾਂ ਚ ਚਲਾਇਆ ਜਾ ਕਰਦੇ ਆਜ਼ਾਦੀ ਕਾ ਅਮਰਤ ਮਹਾਉਤਸਵ ਤਹਿਤ ਕੱਲ ਸੰਭਾ ਜ਼ਿਲ੍ਹੇ ਦੀ ਉੱਤਰ ਮੈਣੀ ਥਾਰਾ ਉਜਵਲ ਭਾਰਤ ਉਜਵਲ ਭਵਿਸ਼ਯ ਕਾਰਜਕ੍ਰਮ ਤਹਿਤ ਬਿਜਲੀ ਮਹੋਤਸਵ ਦਾ ਆਯੋਜਨ ਕੀਤਾ ਗਿਆ ਇਹਦਾ ਸਰਿਸਤਾ ਜੰਮੂ ਬਿਜਲੀ ਵਿਕਾਸ ਕਾਰਪੋਰੇਸ਼ਨ ਨੇ ਜ਼ਿਲ੍ਹਾ ਇੰਤਜ਼ਾਮੀਆਂ ਸੰਵਾਦ ਦੇ ਸੱਜਣ ਆਕਨਕੀਤਾ ਡੀਡੀਸੀ ਸੰਵਾਦ ਦੇ ਚੇਅਰਮੈਨ ਕੇਸ਼ਵਦਾਤੇ ਸ਼ਰਮਾ ਔਰ ਇਸ ਮੌਕੇ ਮੁੱਖ ਪ੍ਰਾਣੇ ਹਨ ਡੀਡੀਸੀ ਦੇ ਉਪਾਧਿਕਸ਼ ਬਲਵਾਨ ਸਿੰਘ ਤੇ ਡਿਪਟੀ ਕਮਿਸ਼ਨਰ ਸੰਭਾ ਅਨੁਰਾਦਾ ਗੁਪਤਾ ਔਰ ਵੀ ਇਸ ਸਮਾਰੋਹ ਮੌਜੂਦ ਹੀਆਂ ਆਪਣੇ ਭਾਸ਼ਣ ਚ ਡੀ.ਡੀ.ਸੀ ਅਦਕਸ਼ ਹੋ ਰਹੇ ਸੰਭਾ ਜ਼ਿਲ੍ਹੇ ਚ ਬਿਜਲੀ ਵਿਵਸਥਾ ਕੇ ਮਜ਼ਬੂਤ ਬਣਾਉਣ ਆਸਤਾ ਹੈ ਖੜੇਰੇ ਜਾਕਰ ਦੇ ਬੁਨਿਆਦੀ ਢਾਂਜੇ ਪਰ ਲੋ ਪਾਈ ਤੇ ਆਖਿਆ ਜੇ ਉੱਤਰ ਬਹਿਣੀ ਜਨੇ ਦੂਰਤ ਰਾਜ ਇਲਾਕੇ ਕੀ ਬਿਜਣ ਤਰੋੜੇ ਦੇ ਬਿਜਲੀ ਦੀ ਸਪਲਾਈ ਉਪਲਬਧ ਹੋਣੇ ਥਾਵਾ ਸਰਕਾਰ ਦੀ ਕਾਮਯਾਬੀ ਦਾ ਪਤਾ ਲੱਗਦਾ ਹੈ ਉਹਨੇ ਦੱਸਿਆ ਜੀ ਸੰਭਾ ਜ਼ਿਲ੍ਹੇ ਚ ਕੋਈ ਵੀ ਗਰਾਹ ਇਸਲੇ ਬਿਜਲੀ ਦੇ ਬਗੈਰ ਨਹੀਂ ਹੈ ਇਹ ਦੇ ਕੰਨਾ ਕੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ